ਅਤੇ ਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਹੇਠ SSP ਪਟਿਆਲਾ ਦੀ ਸੁਪਰਵਿਜ਼ਨ ਵਿੱਚ ਇੱਕ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਮੁਹਿੰਮ ਦੇ ਤਹਿਤ ਸਪੈਸ਼ਲ ਟੀਮ ਦਾ ਗਠਨ ਕਰਕੇ ਮਾਰੇ ਅਨੁਸਾਰ ਬੰਦੇ ਨੂੰ ਕਾਬੂ ਕਰਨ ਦੇ ਲਈ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਉਸ ਸਮਾਂ ਮਿਲੀ ਜਦੋਂ ਸਰਦਾਰ ਗੁਰਦੇਵ ਸਿੰਘ ਢਾਲੀਵਾਲ DSP ਰੂਰਲ ਪਟਿਆਲਾ ਅਤੇ SHO ਸਦਰ ਪਟਿਆਲਾ ਅਤੇ ਚੌਕੀ ਇੰਚਾਰਜ ਬਲਵੇੜਾ ਨਿਸ਼ਾਨ ਸਿੰਘ ਦੀ ਟੀਮ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ਼ ਇੱਕ ਪਰਚਾ ਦਰਜ ਕੀਤਾ। ਪਰਚਾ ਮੁਕੱਦਮਾ ਨੰਬਰ 23 ਡੇਟਡ 5/3/2023 ਅੰਡਰ ਸੈਕਸ਼ਨ 379 411 201 120B IPC ਦੇ ਤਹਿਤ ਦਰਜ ਕਰਕੇ 16 ਮੋਟਰਸਾਈਕਲ ਅਤੇ 21 ਮੋਟਰਸਾਈਕਲ ਦੇ ਸਪੇਅਰ ਪਾਰਟਸ ਬਰਾਮਦ ਕੀਤੇ ਗਏ। ਕੰਮ ਕਾਰ ਕੀ ਕਰਦੇ ਸੀ ਬੰਦੇ, ਕਿੱਥੋਂ ਕਿੱਥੋਂ ਚੋਰੀ ਕਰਦੇ ਸੀਗੇ, ਕਿਵੇਂ ਕਰਦੇ? ਗਿਰੋਹ ਵਿੱਚ ਹੁਣ ਤੱਕ ਦੀ ਤਫਤੀਸ਼ ਮੁਤਾਬਿਕ 5 ਐਕਿਊਜ਼ ਸ਼ਾਮਿਲ ਹਨ। ਇਸ ਵਿੱਚ 3 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਦਾ ਨਾਮ ਸਤਵਿੰਦਰ ਸਿੰਘ, ਜਗਸੀਰ ਸਿੰਘ ਅਤੇ ਜਸਵਿੰਦਰ ਸਿੰਘ ਹੈ। ਚੌਥਾ ਬੰਦਾ ਸੁਖਦੇਵ ਸਿੰਘ ਕਬਾੜੀਆ ਦਾ ਕੰਮ ਕਰਦਾ ਹੈ, ਉਸਦੀ ਗ੍ਰਿਫਤਾਰੀ ਹੁਣ ਬਾਕੀ ਹੈ। ਔਰ ਪੰਜਵਾਂ ਜੋ ਐਕਿਊਜ਼ ਹੈ ਉਸਦਾ ਨਾਮ ਸੰਜੀਤ ਸਿੰਘ ਹੈ। ਮੋਟਰਸਾਈਕਲ ਕਿੱਥੋਂ ਦੇ ਰਹਿਣ ਵਾਲੇ ਜਿਹੜੇ ਗਰੋਹ ਹੈ, ਕਿੱਥੋਂ ਸਾਰੇ ਪਟਿਆਲਾ ਦੇ ਰਹਿਣ ਵਾਲੇ ਹੈ? ਲਾਈਕ ਜਿਵੇਂ ਸਤਵਿੰਦਰ ਧਰਮਕੋਟ ਦਾ ਰਹਿਣ ਵਾਲਾ ਹੈ, ਜਗਸੀਰ ਬਕਸੀਵਾਲਾ ਥਾਣਾ ਦਾ ਏਰੀਆ ਦਾ ਰਹਿਣ ਵਾਲਾ ਹੈ। ਸਾਰੇ ਇਕੱਠੇ ਕਿਵੇਂ ਹੋਏ, ਇਹਨਾਂ ਦਾ ਆਪਸੀ ਤਾਲਮੇਲ ਕਿਵੇਂ ਹੋਈ? ਤਫਤੀਸ਼ ਜਾਰੀ ਹੈ। ਇਹਨਾਂ ਦੇ ਪਹਿਲੇ ਮੁਕਦਮੇ ਦਰਜ ਹੈ? 3 ਦੇ ਖਿਲਾਫ਼ ਮੁਕਦਮੇ ਦਰਜ ਹੈ ਪਹਿਲੇ। ਕਿੱਦਾਂ ਦੇ NDPC ਚੋਰੀ ਦੀ? 2 ਦੇ ਖਿਲਾਫ਼ ਚੋਰੀ ਦੇ ਹੈ, 1 ਦੇ ਖਿਲਾਫ਼ ਲੜਾਈ ਝਗੜੇ ਦਾ।